ਮੈਂ ਪਾਕਿਸਤਾਨ 'ਚ ਦੇਖਣਾ ਚਾਹੁੰਦੀ ਹਾਂ ਕਿ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਕੀ ਫਰਕ ਹੈਗਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਫਰਕ ਹੈਗਾ। ਮੇਰਾ ਨਾਮ ਕੁਲਵੀਰ ਕੌਰ ਢਿੱਲਨ ਆ ਅਤੇ ਮੈਂ ਕੋਵੈਂਟਰੀ ਯੂਨੀਵਰਸਿਟੀ 'ਚ ਕੰਮ ਕਰਦੀ ਹਾਂ ਅਤੇ ਮੈਂ ਯਾਤਰਾ 'ਤੇ ਚੱਲੀ ਪਾਕਿਸਤਾਨ ਨੂੰ। ਕਈ ਹੈਗੇ ਮੈਨੂੰ ਕਹਿੰਦੇ ਓ ਮਾਈ ਗੁਡਨੈਸ ਤੁਸੀਂ ਪਾਕਿਸਤਾਨ ਚੱਲੇ, ਉਹ ਉੱਥੇ ਲੜਾਈਆਂ ਹੁੰਦੀਆਂ ਆ, ਪਰ ਅਸੀਂ ਇੱਦਾਂ ਨਹੀਂ ਸੋਚ ਸਕਦੇ। ਅਸੀਂ ਗੁਰੂ ਨਾਨਕ ਦੇਵ ਜੀ 'ਤੇ ਜਿੱਥੇ ਉਹਨੇ ਸਾਨੂੰ ਸਿਖਾ ਲਿਆ, ਜਿੱਥੇ ਉਹਨੇ ਪਾਠ ਕੀਤਾ ਸੀ, ਲਿਖਿਆ ਸੀ, ਖੇਤੀ ਕੀਤੀ ਸੀ, ਅਸੀਂ ਉੱਥੇ ਚੱਲੇ ਹਾਂ। ਮੈਂ ਇਮੋਸ਼ਨਲ ਹੋ ਗਈ ਸੀ ਥੋੜ੍ਹਾ ਜਿਹਾ ਇੱਥੇ ਆਣ ਕੇ, ਕਿਉਂਕਿ ਮੈਨੂੰ ਪਤਾ ਕਿ ਬਹੁਤ ਬਹੁਤ ਜ਼ਿਆਦਾ ਲੋਕ ਇੱਥੇ ਆਉਣਾ ਚਾਹੁੰਦੇ ਆ ਪਰ ਆ ਨਹੀਂ ਸਕਦੇ, ਕਿ ਮੈਂ ਇੰਨੀ ਲੱਕੀ ਹਾਂ ਕਿ ਮੈਂ ਇੱਥੇ ਆਈ ਹਾਂ। ਮੈਂ ਆਪਣੇ ਆਪ ਨੂੰ ਸਿੱਖ ਕਹਿੰਦੀ ਹਾਂ ਪਰ ਮੈਨੂੰ ਇੰਨਾ ਨਹੀਂ ਪਤਾ ਹੈਗਾ ਸਿੱਖੀ ਬਾਰੇ। ਸੋ ਇੱਥੇ ਆਣ ਕੇ ਮੈਨੂੰ ਪਤਾ ਲੱਗਾ ਕਿੱਥੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਜਨਮ ਦਿੱਤਾ, ਕੀ ਕਰਦੇ ਸੀਗੇ, ਕੀ ਸਿੱਖਦੇ ਸੀ, ਕੀ ਸਿਖਾਉਂਦੇ ਸੀਗੇ। ਟੈਨਸ਼ਨ ਲੱਗਦੀ ਨਹੀਂ ਹੈਗੀ ਕਿਉਂਕਿ ਸਾਨੂੰ ਤਾਂ ਪਿਆਰ ਇੱਥੇ ਬਹੁਤ ਮਿਲਿਆ। ਸਭ ਨੂੰ ਇਸ ਗੱਲ ਤਾਂ ਸਮਝ ਨਹੀਂ ਆਉਂਦੀ ਹੁੰਦੀ ਕਿ ਟੀ ਵੀ 'ਤੇ ਤਾਂ ਪੜ੍ਹੀ ਦਾ ਕਿ ਟੈਨਸ਼ਨ ਆ, ਡੇਂਜਰਸ ਆ, ਇੰਡੀਆ ਨਾਲ ਨਹੀਂ ਜਾਣਾ ਚਾਹੀਦਾ, ਲੜਾਈ ਹੁੰਦੀ ਆ, ਪਰ ਸਾਨੂੰ ਤਾਂ ਇੱਦਾਂ ਕੁਛ ਨਹੀਂ ਲੱਗਾ। ਥੋੜ੍ਹੀ ਸ਼ੋਪਿੰਗ ਕਰਨ ਲਈ ਟਾਈਮ ਮਿਲੂਗਾ। ਮੈਂ ਇੱਥੇ ਥੋੜ੍ਹੀ ਰਿਕੁਐਸਟ ਵੀ ਆਏ ਆ UK ਦੇ ਵਿੱਚੋਂ, ਇੱਕ ਦੋ ਚੀਜ਼ਾਂ ਸਾਡੇ ਲਈ ਵੀ ਲੈ ਕੇ ਆਇਓ। ਸੋ ਅਸੀਂ ਜਾਊਂਗੇ ਸ਼ੋਪਾਂ ਨੂੰ ਕੱਪੜਾ ਲੀੜਾ ਦੇਖਣ। ਸਾਨੂੰ ਪਾਕਿਸਤਾਨ ਦੇ ਕੱਪੜੇ ਬਹੁਤ ਪਸੰਦ ਆ, ਸਾਨੂੰ ਜੁੱਤੀ ਬਹੁਤ ਪਸੰਦ ਆ, ਦੁਪੱਟੇ, ਐਵਰੀਥਿੰਗ ਫੈਸ਼ਨ ਪਾਕਿਸਤਾਨ ਦਾ ਨਾਈਸ ਲੱਗਾ। ਜੇ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਦੱਸੂਗੇ ਸਿੱਖੀ ਬਾਰੇ ਤਾਂ ਹੋਰ ਕੌਣ ਦੱਸੂਗਾ। ਹੁਣ ਮੈਂ ਮਾਂ ਆ, ਹੁਣ ਮੇਰੇ ਬੱਚੇ ਮੇਰੇ ਵੱਲ ਦੇਖਦੇ ਆ, ਸੋ ਮੇਰੇ ਕੋਲ ਚਾਂਸ ਹੈਗਾ ਉਹਨਾਂ ਨੂੰ ਦੱਸਣ ਲਈ, ਪਰ ਮੈਂ ਉਹਨੂੰ ਦੱਸ ਕੇ ਦੱਸਾਂਗੀ ਜਦੋਂ ਮੈਨੂੰ ਆਪ ਨਹੀਂ ਪਤਾ।